ਪੰਜਾਬ ਸਰਕਾਰ ਵੱਲੋਂ ਚੋਣਾਂ ਦੇ ਨੇੜੇ ਆ ਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ ਵਿੱਚ ਪਾਸ ਕੀਤਾ ਬਿੱਲ ਕਿਸੇ ਵੀ ਤਰੀਕੇ ਸਿਰੇ ਚੜਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਦੀ ਨੀਅਤ ਤੇ ਸ਼ੱਕ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਅਸਲ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ, ਸਿਰਫ ਸਮਾਂ ਟਪਾ ਰਹੀ ਹੈ। ਇਸ ਲਈ ਕਾਂਗਰਸ ਸਰਕਾਰ ਨੇ ਪੂਰੇ 5 ਸਾਲ ਲਾਰਿਆਂ ਵਿੱਚ ਟਪਾ ਦਿੱਤੇ ਤੇ ਹੁਣ ਜਦ 9 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਨਿਟ ਮੀਟਿੰਗ ਵਿੱਚ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰਕੇ 11 ਨਵੰਬਰ ਨੂੰ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਨ ਤੇ ਮੋਹਰ ਲਗਾਈ ਗਈ ਸੀ ਤਾਂ ਕੁਝ ਆਸ ਬਚ ਗਈ ਸੀ, ਪਰ 14 ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਪੁੱਟਿਆ ਗਿਆ, ਜਿਸ ਲਈ ਉਹਨਾਂ ਨੂੰ ਇਹ ਸਿਰਫ ਲਾਰੇ ਹੀ ਦਿਖਾਈ ਦੇ ਰਹੇ ਨੇ। ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਤਾਂ ਉਹੀ ਕਹਾਵਤ ਹੋ ਗਈ ਕਿ ਗੋਂਗਲੂਆਂ ਤੋਂ ਮਿੱਟੀ ਲਾਉਣ ਦੇ ਬਰਾਬਰ ਸਰਕਾਰ ਨੇ ਕੰਮ ਕੀਤਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੁਲਾਜ਼ਮ ਗੋਂਗਲੂ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੁਹਾਰ ਲਾਉਣ ਪਹੁੰਚੇ। ਪੰਜਾਬੀ 'ਚ ਕਹਾਵਤ ਹੈ ਜੀ ਵੀ ਜਦੋਂ ਕੋਈ ਕੰਮ ਨਾ ਕਰਨਾ ਹੋਵੇ ਤਾਂ ਉਹਨੂੰ ਕਹਿੰਦੇ ਨੇ ਜੀ ਇਹ ਬੰਦਾ ਗੋਂਗਲੋ ਤੋਂ ਮਿੱਟੀ ਲਾ ਰਿਹਾ। ਪੰਜਾਬ ਸਰਕਾਰ ਵੀ ਇਸੇ ਤਰ੍ਹਾਂ ਹੀ ਗੋਂਗਲੋ ਤੋਂ ਮਿੱਟੀ ਲਾ ਰਹੀ ਹੈ, ਕਿਉਂਕਿ 4.5 ਸਾਲ ਪੂਰੇ ਹੋ ਚੁੱਕੇ ਨੇ, ਆਲਮੋਸਟ 5 ਸਾਲ ਹੀ ਸਮਝ ਲਓ ਪੂਰੇ ਹੋ ਚੁੱਕੇ ਨੇ, ਪਰ ਸਰਕਾਰ ਸਿਰਫ ਐਲਾਨਾਂ 'ਤੇ ਜ਼ੋਰ ਦੇ ਰਹੀ ਹੈ। ਪਹਿਲਾਂ 4.5 ਸਾਲ ਕੀਤਾ ਹੀ ਕੁਛ ਨਹੀਂ ਅਤੇ ਜਦੋਂ ਦੇ ਚੰਨੀ ਸਾਹਿਬ ਆਏ ਨੇ ਸਿਰਫ ਐਲਾਨਾਂ 'ਤੇ ਜ਼ੋਰ ਦੇ ਰਹੇ ਨੇ, ਤਾਂ ਐਲਾਨਾਂ ਨੂੰ ਅਮਲੀ ਜਾਮਾ ਨਹੀਂ ਪਹੁੰਚਾਇਆ ਜਾ ਰਿਹਾ, ਤਾਂ 4.5 ਸਾਲ ਮੈਂ ਸਿਰਫ ਗੋਂਗਲੋ ਤੋਂ ਮਿੱਟੀ ਲਾਉਣ ਵਰਗਾ ਕੰਮ ਹੀ ਹੈ। ਇਸ ਦੇ ਰੋਸ ਵਜੋਂ ਹੀ ਅੱਜ ਅਸੀਂ ਸੀਐਮ ਸਾਹਿਬ ਨੂੰ ਆਏ ਵੀ ਸੀਐਮ ਸਾਹਿਬ ਗੱਲਾਂ ਨਾਲ ਕਿਉਂ, ਅਸਲ 'ਚ ਗੋਂਗਲੋ ਤੋਂ ਮਿੱਟੀ ਲਾਓ, ਅਸੀਂ ਤੁਹਾਨੂੰ ਗੋਂਗਲੂ ਦੇਣ ਹੀ ਆ ਗਏ ਹਾਂ। ਇਹ ਪੰਜਾਬ 'ਚ ਪਹਿਲੀ ਵਾਰੀ ਹੋਇਆ ਹੋਣਾ, ਵੈਸੇ ਰਾਜਨੀਤਿਕ ਪਾਰਟੀਆਂ ਨੂੰ ਸੀਐਮ ਨੂੰ ਬੜੇ ਵੱਡੇ ਵੱਡੇ ਗਿਫਟ ਮਿਲਦੇ ਨੇ, ਪਰ ਪੰਜਾਬ 'ਚ ਪਹਿਲੀ ਵਾਰੀ ਹੋਇਆ ਹੋਣਾ ਵੀ ਜਦੋਂ ਉਹਨਾਂ ਨੂੰ ਗੋਂਗਲੂ ਦੇਣ ਆਏ ਆ। ਕਿਉਂ ਦੇਣ ਆਏ ਆ, ਉਹਦਾ ਕਾਰਨ ਇਹ ਹੈ ਵੀ ਪੰਜਾਬ 'ਚ 11 ਤਰੀਕ ਨੂੰ ਵਿਧਾਨ ਸਭਾ ਵਿੱਚ ਇੱਕ ਐਕਟ ਲਿਆਂਦਾ ਗਿਆ ਸੀ 36,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ, ਪਰ ਉਹ ਐਕਟ ਸਿਰਫ ਵਿਧਾਨ ਸਭਾ ਤੱਕ ਹੀ ਰਹਿ ਗਿਆ, ਉਹ ਥੱਲੇ ਡਿਪਾਰਟਮੈਂਟਸ ਕੋਲ ਨਹੀਂ ਗਿਆ, ਕਾਰਵਾਈ ਲਈ ਨਹੀਂ ਗਿਆ, ਜਿਸ ਕਰਕੇ ਅੱਜ ਕੋਈ ਵੀ ਮੁਲਾਜ਼ਮ ਜਿਹੜਾ ਪੱਕਾ ਨਹੀਂ ਹੋਇਆ। ਦੂਜੀ ਗੱਲ, ਜਿਹੜਾ ਐਕਟ ਲਿਆਂਦਾ ਗਿਆ ਉਹ ਵੀ ਅਧੂਰਾ ਹੈ, ਲੰਗੜਾ ਹੈ, ਨਾ ਹੀ ਉਹ ਪੂਰਾ ਹੈ। ਜਿਹੜਾ ਅਧੂਰਾ ਲਿਆਂਦਾ ਉਹ ਵੀ ਲਾਗੂ ਨਹੀਂ ਹੋਇਆ, ਅਤੇ ਇਸ ਕਰਕੇ 36,000 'ਚੋਂ 36 ਮੁਲਾਜ਼ਮ ਵੀ ਪੱਕੇ ਨਹੀਂ ਹੋਏ, ਤਾਂ ਸਮਾਂ ਬਹੁਤ ਥੋੜ੍ਹਾ ਰਹਿ ਗਿਆ। ਇਸੇ ਕਰਕੇ ਅੱਜ ਅਸੀਂ ਗੋਂਗਲੂ ਦੇਣ ਆਏ ਹਾਂ ਵੀ ਸੀ ਐਮ ਸਾਹਿਬ ਸਾਡਾ ਗਿਫਟ ਸਵੀਕਾਰ ਕਰੋ ਅਤੇ ਇਹਦੇ 'ਤੇ ਅਮਲ ਕਰੋ, ਜਾਂ ਤਾਂ ਸਾਨੂੰ ਪੱਕੇ ਕਰੋ, ਨਹੀਂ ਤਾਂ ਗੋਂਗਲੋ ਤੋਂ ਮਿੱਟੀ ਲਾਓ ਘਰ ਬੈਠ ਕੇ। ਚੰਡੀਗੜ੍ਹ ਤੋਂ ਸੁਰਿੰਦਰਪਾਲ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ ਪੌੜੀ ਚੜ੍ਹਨਾ ਸਿਖਾਇਆ। ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ 'ਤੇ ਹੱਲ ਕੀਤਾ ਉਹਨਾਂ ਨੇ। ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਅਤੇ ਸਾਰੇ ਪੰਜਾਬੀਆਂ ਦੀ ਮਾਂ ਪਾਰਟੀ ਰਹੀ ਹੈ। ਕਦੇ ਉਹ ਬੁਰੇ ਲੱਗਦੇ ਨੇ ਅਤੇ ਕਦੇ ਚੰਗੇ, ਪਰ ਮਾਂ ਬਾਪ ਕਦੀ ਬਦਲੇ ਨਹੀਂ ਜਾਂਦੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।